ਕਿਸਾਨ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨਵੀਂ ਮਸ਼ੀਨ ਸਮਾਰਟ ਸੀਡਰ ਦੀ ਤੇ ਇਹ ਜਿਹੜੀ ਮਸ਼ੀਨ ਹੈ ਇੱਕੋ ਹੀ ਢੇੜੇ ਦੇ ਵਿੱਚ ਕਣਕ ਦੀ ਬਜਾਈ ਕਰ ਦਿੰਦੀ ਹੈ ਜਿਵੇਂ ਹੈਪੀ ਸੀਡਰ ਤੇ ਸੁਪਰ ਸੀਡਰ ਨੇ ਤਾਂ ਇਹਨੂੰ ਆਪਾਂ ਮੁਕਾਬਲਾ ਜਾਂ ਕੰਪੇਅਰ ਕਰਾਂਗੇ ਦੋਨੇ ਮਸ਼ੀਨਾਂ ਦੇ ਨਾਲ ਤੇ ਵੀਡੀਓ ਥੋੜਾ ਜਿਹਾ ਲੰਬਾ ਧਿਆਨ ਨਾਲ ਜ਼ਰੂਰ ਸੁਣਿਓ ਮੋਟੇ-ਮੋਟੇ ਆਪਾਂ ਪੰਜ-ਛੇ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਤਾਂ ਸਭ ਤੋਂ ਪਹਿਲਾਂ ਜੇਕਰ ਮੈਂ ਹੈਪੀ ਸੀਡਰ ਦੀ ਗੱਲ ਕਰਾਂ ਤਾਂ ਉਹ ਬਿਨਾ ਵਾਈ ਦੀ ਇੱਕ ਮਸ਼ੀਨ ਹੈ ਜੋ ਖੇਤ ਦੇ ਵਿੱਚ ਪਰਾਲੀ ਨੂੰ ਛੱਡਦੀ ਹੈ ਜਦੋਂ ਕਿ ਸਮਾਰਟ ਸੀਡਰ ਜਿਹੜੀ ਖੋਡਾਂ ਵਾਲੀ ਜਿਹੜੀ ਜਗ੍ਹਾ ਹੈ ਜਿੱਥੇ ਬੀਜ ਖਾਦ ਛੁੱਟਣਾ ਸੀ ਉਸ ਨੂੰ ਵਾਉਂਦੀ ਹੈ ਤੇ ਬਾਕੀ ਜਿਹੜੀ ਦੋ ਸਿਆੜਾਂ ਦੇ ਵਿਚਾਲੇ ਜਗ੍ਹਾ ਹੈ ਉਹਨੂੰ ਉੰਜ ਹੀ ਛੱਡ ਦਿੰਦੀ ਹੈ ਤੇ ਸੁਪਰ ਸੀਡਰ ਪੂਰੀ ਵਾਹੀ ਦੀ ਮਸ਼ੀਨ ਹੈ ਜੋ ਕਿ ਸਾਰੀ ਪਰਾਲੀ ਨੂੰ ਹੇਠਾਂ ਦੱਬ ਕੇ ਉੱਪਰ 1.5 ਇੰਚ ਮਿੱਟੀ ਪਾ ਦਿੰਦੀ ਹੈ ਟਰੈਕਟਰ ਦੀ ਗੱਲ ਕਰੀਏ ਤਾਂ ਹੈਪੀ ਸੀਡਰ ਤੇ ਸਮਾਰਟ ਸੀਡਰ ਦੇ ਵਿੱਚ 45 ਤੋਂ 50 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੇ ਨੇ ਜਦਕਿ ਸੁਪਰ ਸੀਡਰ ਦੇ ਲਈ 60 ਤੋਂ 65 ਜਿਹੜਾ ਹਾਰਸ ਪਾਵਰ ਟਰੈਕਟਰ ਹੈ ਉਸ ਦੀ ਲੋੜ ਪੈਂਦੀ ਹੈ ਤੇ ਉਹ ਵੀ ਦੇ ਵਿੱਚ ਵੀ ਕਰੀਪਰ ਜਾਂ ABC 11 ਵਾਲਾ ਸਾਨੂੰ ਚਾਹੀਦਾ ਕਿਉਂਕਿ ਜਿੰਨਾ ਹੌਲੀ ਚੱਲੂਗਾ ਓਨੀ ਹੀ ਇਹ ਦੀ ਜਿਹੜੀ ਸਫਾਈ ਹੈ ਉਹ ਆਉਂਦੀ ਹੈ ਬਜਾਈ ਤੋਂ ਬਾਅਦ ਦਿਖਦੀ ਗੱਲ ਕਰੀਏ ਤਾਂ ਹੈਪੀ ਸੀਡਰ ਦੇ ਵਿੱਚ ਜਿਹੜੇ ਖੁੱਡ ਨੇ ਜਾਂ ਲਾਈਨਾਂ ਨੇ ਉਹ ਨਹੀਂ ਦਿਖਦੀਆਂ ਸਮਾਰਟ ਸੀਡਰ ਦੇ ਵਿੱਚ ਜਿਹੜੀਆਂ ਲਾਈਨਾਂ ਨੇ ਉਹ ਦਿਖਦੀਆਂ ਨੇ ਵੀ ਕਿੱਥੇ ਬੀਜ ਪਿਆ ਤੇ ਸੁਪਰ ਸੀਡਰ ਦੇ ਵਿੱਚ ਪਰਾਲੀ ਨਾ ਹੋਣ ਕਰਕੇ ਜਿਹੜਾ ਖੇਤ ਦਾ ਜਿਹੜਾ ਦ੍ਰਿਸ਼ਾ ਉਹ ਸਭ ਤੋਂ ਸੋਹਣਾ ਲੱਗਦਾ ਹੈ ਸ਼ਾਇਦ ਇਸੇ ਕਰਕੇ ਹੀ ਕਿਸਾਨ ਪਹਿਲੇ ਸਾਲ ਜਾਂ ਦੂਜੇ ਸਾਲ ਇਹਦੇ ਵੱਲ ਬਹੁਤ ਆਕਰਸ਼ਿਤ ਹੋਏ ਸੀ ਪਰ ਹੁਣ ਮੈਨੂੰ ਲੱਗਦਾ ਵੀ ਥੋੜਾ ਮੋਹ ਪੰਗ ਹੋ ਰਿਹਾ ਹੈ ਡੀਜ਼ਲ ਦੀ ਖਪਤ ਦੀ ਗੱਲ ਕਰੀਏ ਤਾਂ 4 ਤੋਂ 5 ਲੀਟਰ ਦੇ ਵਿੱਚ ਹੈਪੀ ਸੀਡਰ ਤੇ ਸਮਾਰਟ ਸੀਡਰ ਨਾਲ ਜਿਹੜਾ ਕਿੱਲਾ ਬੀਜਿਆ ਜਾ ਸਕਦਾ ਹੈ ਜਦਕਿ ਸੁਪਰ ਸੀਡਰ 12 ਤੋਂ 14 ਲੀਟਰ ਪ੍ਰਤੀ ਏਕੜ ਜਿਹੜਾ ਹੈਗਾ ਡੀਜ਼ਲ ਹੈ ਉਹਦੀ ਖਪਤ ਹੁੰਦੀ ਹੈ ਕੰਮ ਦੀ ਨਵੇੜੇ ਦੀ ਗੱਲ ਕਰੀਏ ਤਾਂ ਹੈਪੀ ਸੀਡਰ ਤੇ ਸਮਾਰਟ ਸੀਡਰ ਘੰਟੇ ਦੇ ਵਿੱਚ ਕਿੱਲਾ ਮਿਜਣ ਦੇ ਸਮਰੱਥ ਨੇ ਜਦਕਿ ਸੁਪਰ ਸੀਡਰ 2 ਘੰਟਿਆਂ ਦੇ ਵਿੱਚ ਪੌਣੇ 2 ਤੋਂ 2 ਘੰਟਿਆਂ ਦੇ ਵਿੱਚ ਕਿੱਲਾ ਜਿਹੜਾ ਹੈਗਾ ਉਹੋ ਬੀਜਦੀ ਹਨ ਕਣਕ ਦੇ ਜਮ ਦੀ ਗੱਲ ਕਰੀਏ ਸਾ ਹੈਪੀ ਸੀਡਰ ਦੇ ਵਿੱਚ 10-15 ਦਿਨਾਂ ਬਾਅਦ ਜਿਹੜੀ ਕਣਕ ਹੈ ਉਹ ਦਿਖਣੀ ਸ਼ੁਰੂ ਹੁੰਦੀ ਹੈ ਜਦ ਕਿ 스마트 ਸੀਡਰ ਦੇ ਵਿੱਚ 7ਵੇਂ 8ਵੇਂ ਦਿਨ ਜਿਹੜੀ ਕਣਕ ਹੈ ਉਹਦਾ ਜਿਹੜਾ ਜੰਮ ਹੈ ਉਹ ਦੇਖਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਜੰਮ ਛੇਤੀ ਤੇ ਇੱਕਸਾਰ ਹੁੰਦਾ ਹੈ ਕਿਉਂਕਿ ਜਿਹੜਾ ਵਾਹੀ ਦਾ ਜਿਹੜਾ ਫਾਇਦਾ ਹੈ ਉਹ ਮਿਲ ਜਾਂਦਾ ਹੈ ਬੀਜ ਤੇ ਮਿੱਟੀ ਦਾ ਸੰਪਰਕ ਵਧੀਆ ਹੋ ਜਾਂਦਾ ਹੈ ਸੂਪਰ ਸੀਡਰ ਦੀ ਗੱਲ ਕਰੀਏ ਤਾਂ ਇਸ ਦਾ ਜਿਹੜਾ ਜਰਮੀਨੇਸ਼ਨ ਹੈ ਉਹ ਬਹੁਤ ਮਾੜਾ ਹੈ ਤਾਂ ਘੱਟ ਹੁੰਦਾ ਕਿਉਂਕਿ ਇਹਦੇ ਵਿੱਚ ਕੁਝ ਜਿਹੜਾ ਬੀਜ ਹੈ ਉਹ ਪਰਾਲੀ ਦੇ ਡਿੱਗ ਪੈਂਦਾ ਜਿਸ ਕਰਕੇ ਉਹ ਛੇਤੀ ਜੰਮਦਾ ਨਹੀਂ ਹੈਗਾ ਤੇ ਨਾਲ ਜਿਹੜੀ ਪਰਾਲੀ ਹੈ ਉਹ ਮਿੱਟੀ ਦੀ ਜਿਹੜੀ ਗਿੱਲ ਹੈ ਉਹਨੂੰ ਖਿੱਚ ਲੈਂਦੀ ਹੈ ਜਿਸ ਦੇ ਕਰਕੇ ਜਿਹੜਾ ਜੰਮ ਹੈ ਉਹ ਕੱਟ ਜਾਂਦਾ ਹੈ ਕੱਖ ਦਿਨ ਦੀਨਾਂ ਦੀ ਗੱਲ ਕਰ ਲਈਏ ਤਾਂ ਹੈਪੀ ਸੀਡਰ ਤੇ ਸਮਾਰਟ ਸੀਡਰ ਦੇ ਵਿੱਚ ਕੱਖ ਘੱਟ ਹੁੰਦੇ ਨੇ ਕਿਉਂਕਿ ਵਾਹੀ ਜਿੱਥੇ ਨਹੀਂ ਕੱਟ ਕਰਾਂਗੇ ਉੱਥੇ ਕੱਖ ਘੱਟ ਹੋਣਗੇ ਸੂਪਰ ਸੀਡਰ ਦੇ ਵਿੱਚ ਕੱਖ ਵਧੇਰੇ ਹੋਣ ਦੀ ਸੰਭਾਵਨਾ ਹੁੰਦੀ ਹੈ ਤੇ ਚਲਾਉਣ ਦੀ ਸੌਖ ਦੀ ਗੱਲ ਕਰੀਏ ਤਾਂ 스마트 ਸੀਡਰ ਬਹੁਤ ਸੌਖਾ ਚਲਾਉਣਾ ਟ੍ਰੇਲ ਦੇ ਵਿੱਚ ਹੈਪੀ ਸੀਡਰ ਜਿਹੜਾ ਹੈਗਾ ਉਹ ਸਵੇਰੇ 2 ਘੰਟੇ ਲੇਟ ਚੱਲਦਾ ਤੇ ਸ਼ਾਮ ਨੂੰ ਵੀ 2 ਘੰਟੇ ਪਹਿਲਾਂ ਬੰਦ ਹੋ ਜਾਂਦਾ ਜਦਕਿ 스마트 ਸੀਡਰ ਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਹੈ ਤੇ ਇਸ ਦੇ ਨਾਲ ਜਿਹੜੇ ਕਿਰਾਏ ਤੇ ਜਿਹੜੇ ਕੰਮ ਕਰਦੇ ਨੇ ਬੰਦੇ ਉਹਨਾਂ ਨੂੰ ਬਹੁਤ ਫਾਇਦਾ ਉਹ 10 ਤੋਂ 12 ਕਿੱਲੇ ਪ੍ਰਤੀ ਏਕੜ ਜਿਹੜੇ ਨੇ ਉਹ ਬੀਜ ਸਕਦੇ ਨੇ ਜਦ ਕਿ ਸਾਨੂੰ ਪਤਾ ਵੀ ਜਿਹੜਾ ਸੁਪਰ ਸੀਡਰ ਹੈ ਉਹ 4 1/2 ਕਿੱਲੇ ਤੋਂ ਵੱਧ ਨਹੀਂ ਬੀਜਦਾ ਤੇ ਹੈਵੀ ਸੀਡਰ 7-8 ਕਿੱਲੇ ਤੋਂ ਵੱਧ ਨਹੀਂ ਬੀਜਦਾ ਇਸ ਲਈ ਕਿਰਾਏ ਵਾਲਿਆਂ ਵਾਸਤੇ ਇਹ ਜਿਹੜਾ ਸਮਾਰਟ ਸੀਡਰ ਇੱਕ ਵਧੀਆ ਹੱਲ ਹੋ ਸਕਦਾ ਹੈ ਕਿਸਾਨ ਦੋਸਤੋ ਦੇਖੋ ਸਬਸਿਡੀ ਆ ਚੁੱਕੀ ਹੈ ਅ ਐਤ ਕੀ ਮਸ਼ੀਨਾ ਸੁਪਰਸੀਡਰ ਵੀ ਬਹੁਤ ਨੇ ਹੈਪੀ ਸੀਡਰ ਵੀ ਬਹੁਤ ਨੇ ਜੇ ਕਿਸੇ ਨੇ ਉਹਨਾਂ ਨਾਲ ਕਰਨਾ ਹੈ ਤਾਂ ਉਹ ਕਿਰਾਏ ਤੇ ਆਪਣਾ ਕੰਮ ਕਰਵਾ ਲੈਣ ਤੇ ਸਮਾਰਟ ਸੀਡਰ ਨੂੰ ਜ਼ਰੂਰ ਟਰਾਈ ਕਰੋ ਤਾਂ ਕਿ ਅ ਅਸੀਂ ਉਹ ਗਲਤ ਮਸ਼ੀਨ ਲੈ ਕੇ ਫਸ ਨਾ ਜਾਈਏ ਧੰਨਵਾਦ